ਜਿਹੜਾ ਅੱਜ ਜਿਹੜਾ ਪੇਸ਼ੈਂਟ ਠੀਕ ਹੋਇਆ ਕੀ ਉਹਦੀ ਹਿਸਟਰੀ ਦਾ ਦੱਸਣਾ? ਇਸ ਤਰ੍ਹਾਂ ਜੀ ਕਿ ਅੰਮ੍ਰਿਤਸਰ ਦੇ ਵਿੱਚ ਜਿਹੜੇ ਅੰਮ੍ਰਿਤਸਰ ਔਰ ਪੰਜਾਬ ਦੇ ਪਹਿਲੇ ਪੇਸ਼ੈਂਟ ਜਿਨ੍ਹਾਂ ਨੇ ਪੋਜ਼ੀਟਿਵ ਟੈਸਟ ਕੀਤਾ ਸੀਗਾ ਕਰੋਨਾ ਵਾਇਰਸ ਦੇ ਲਈ, ਹੁਣ ਜ਼ੇਰੇ ਇਲਾਜ ਇੱਥੇ ਸੀਗੇ ਗੁਰੂ ਨਾਨਕ ਦੇਵ ਹੋਸਪਿਟਲ ਅੰਮ੍ਰਿਤਸਰ ਦੇ ਵਿੱਚ, ਔਰ ਅੱਜ ਉਹਨਾਂ ਦੀ ਜਿਹੜੀ ਰਿਪੋਰਟ ਹੈ ਉਹ ਫਾਈਨਲੀ ਨੈਗੇਟਿਵ ਰਿਪੋਰਟ ਆ ਗਈ ਹੈ, ਉਹ ਠੀਕ ਹੋ ਗਏ ਹੈਗੇ ਆ ਔਰ ਕੱਲ੍ਹ ਨੂੰ ਉਹਨਾਂ ਨੂੰ ਡਿਸਚਾਰਜ ਕਰ ਦਿੱਤਾ ਜਾਏਗਾ। ਇਹ ਸਾਡੇ ਸਾਰਿਆਂ ਵਾਸਤੇ ਹੀ ਬਹੁਤ ਖੁਸ਼ੀ ਦੀ ਗੱਲ ਹੈ, ਔਰ ਮੈਂ ਇਹਦੇ ਵਿੱਚ ਜਿਹੜੀ ਸਾਡੀ ਮੈਡੀਕਲ ਟੀਮ, ਸਾਡੇ ਡਾਕਟਰਸ, ਸਾਡੇ ਪੈਰਾਮੈਡੀਕਲ ਸਟਾਫ, ਸਪੋਰਟਿੰਗ ਸਟਾਫ, ਜਿਨ੍ਹਾਂ ਨੇ ਵੀ ਇਸ ਦੇ ਵਿੱਚ ਬਹੁਤ ਮਿਹਨਤ ਕੀਤੀ ਹੈ, ਉਹਨਾਂ ਸਾਰਿਆਂ ਨੂੰ ਇਸ ਗੱਲ ਦੀ ਬਹੁਤ ਬਹੁਤ ਵਧਾਈ ਦਿੰਦਾ। ਉਹਨਾਂ ਦਾ ਇੱਕ ਬਹੁਤ ਅੱਛਾ ਜਿਹੜਾ ਕਾਮਯਾਬੀ ਹੈ। ਇਹ ਇੱਕ ਕੇਸ ਸੀਗਾ ਜੀ ਜਿਹਦੇ ਵਿੱਚ ਕਿ ਇੱਕ ਪਰਿਵਾਰ 3 ਮੈਂਬਰਸ ਦਾ ਹੁਸ਼ਿਆਰਪੁਰ ਤੋਂ ਸੀਗੇ, ਬਟ ਬੇਸਿਕਲੀ ਇਟਾਲੀਅਨ ਸਿਟੀਜ਼ਨ ਸੀਗੇ, ਇਟਲੀ ਤੋਂ ਆਏ ਸੀਗੇ, ਦਿੱਲੀ ਦੇ ਵਿੱਚ ਲੈਂਡ ਕੀਤੇ ਸੀਗੇ ਇਹ, ਲੇਕਿਨ ਦਿੱਲੀ ਦੇ ਵਿੱਚ ਸਮ ਹਾਓ ਡਿਟੈਕਟ ਨਹੀਂ ਹੋ ਪਾਏ ਜਾਂ ਉਦੋਂ ਸਿਮਟਮਸ ਨਹੀਂ ਹੋਣਗੇ। ਤਾਂ ਉਸ ਤੋਂ ਬਾਅਦ ਜਦੋਂ ਅੰਮ੍ਰਿਤਸਰ ਇੱਥੇ ਲੈਂਡ ਕੀਤੇ ਤਾਂ ਜਿਹੜੀ ਸਾਡੀ ਮੈਡੀਕਲ ਟੀਮ ਉੱਥੇ ਤੈਨਾਤ ਸੀ ਉਹਨਾਂ ਨੇ ਬੜੀ ਮੁਸਤੈਦੀ ਨਾਲ ਕੰਮ ਕੀਤਾ ਔਰ ਬੜੇ ਚੌਕਸ ਸੀਗੇ, ਉਹਨਾਂ ਨੇ ਡਿਟੈਕਟ ਕੀਤਾ ਇਹਨਾਂ ਨੂੰ ਔਰ ਇਸ 3 ਮੈਂਬਰਸ ਨੂੰ ਆਈਸੋਲੇਸ਼ਨ ਵਾਰਡ ਦੇ ਵਿੱਚ ਭੇਜ ਦਿੱਤਾ ਗਿਆ ਗੁਰੂ ਨਾਨਕ ਦੇਵ ਹੋਸਪਿਟਲ ਦੇ ਵਿੱਚ। ਔਰ ਉੱਥੇ ਜਿਹੜੇ ਸਾਡੇ ਡਾਕਟਰਸ ਹੈ, ਮੈਡੀਕਲ ਟੀਮ ਹੈ, ਪੂਰੀ ਪੈਰਾਮੈਡੀਕਲ ਸਟਾਫ, ਉਹਨਾਂ ਨੇ ਇਹਨਾਂ ਦੀ ਦੇਖ ਰੇਖ ਕੀਤੀ ਔਰ ਜਿਹੜੇ 2 ਮੈਂਬਰ ਸੀਗੇ ਇਸ ਪਰਿਵਾਰ ਦੇ ਉਹ ਪਹਿਲਾਂ ਹੀ ਨੈਗੇਟਿਵ ਟੈਸਟ ਕਰ ਗਏ ਸੀ, ਉਹਨਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ ਸੀਗਾ, ਲੇਕਿਨ ਇਹ ਜਿਹੜੇ ਸੀਗੇ ਪੇਸ਼ੈਂਟ ਇਹ ਪੋਜ਼ੀਟਿਵ ਟੈਸਟ ਕੀਤੇ ਹੋਏ ਸੀਗੇ। ਸੋ ਇਹਨਾਂ ਦੀ ਥਰੂ ਆਊਟ ਉੱਥੇ ਦੇਖਭਾਲ ਸਾਰੀ ਕੇਅਰ ਸਾਡੀ ਮੈਡੀਕਲ ਟੀਮ ਨੇ ਹੈਡਡ ਬਾਈ ਦਾ ਡਾਕਟਰਸ ਉਹ ਕੀਤੀ ਔਰ ਬਹੁਤ ਸੁਚਜਿਤ ਤਰੀਕੇ ਨਾਲ ਕੀਤੀ, ਔਰ ਜਿਸ ਦੇ ਫਲਸਰੂਪ ਅੱਜ ਉਹਨਾਂ ਦੀ ਫਾਈਨਲ ਰਿਪੋਰਟ ਜਿਹੜੀ ਆ ਉਹ ਨੈਗੇਟਿਵ ਆ ਗਈ ਆ, ਬਿਲਕੁਲ ਠੀਕ ਹੋ ਚੁੱਕੇ ਆ, ਕਿਓਰ ਹੋ ਚੁੱਕੇ ਹੈਗੇ ਆ ਕਰੋਨਾ ਤੋਂ ਔਰ ਕੱਲ੍ਹ ਨੂੰ ਖੁਸ਼ੀ ਖੁਸ਼ੀ ਆਪਣੇ ਘਰ ਜਾਣਗੇ। ਇਹ ਇੱਕ ਬਹੁਤ ਵੱਡੀ ਕਾਮਯਾਬੀ ਹੈ, ਇੱਕ ਜਿਹੜਾ ਸਾਡਾ ਜੰਗ ਚੱਲ ਰਹੀ ਹੈ ਸਾਡੀ ਅੰਮ੍ਰਿਤਸਰ, ਪੰਜਾਬ, ਭਾਰਤ ਦੇ ਵਿੱਚ ਔਰ ਦੁਨੀਆ ਦੇ ਵਿੱਚ ਕਰੋਨਾ ਵਾਇਰਸ ਦੇ ਅਗੇਂਸਟ। ਉਸ ਦੇ ਵਿੱਚ ਇੱਕ ਸਾਨੂੰ ਇਹ ਸੀਗਾ ਕਿ ਅੰਮ੍ਰਿਤਸਰ ਦੇ ਵਿੱਚ ਪਹਿਲਾ ਕੇਸ ਪਾਇਆ ਗਿਆ ਪੰਜਾਬ ਦਾ, ਲੇਕਿਨ ਪਹਿਲਾ ਠੀਕ ਹੋਣ ਵਾਲਾ ਕੇਸ ਵੀ ਅੰਮ੍ਰਿਤਸਰ ਦੇ ਵਿੱਚ ਹੀ ਹੋਇਆ ਹੈ ਜੀ। ਇਸ ਗੱਲ ਦੀ ਸਾਨੂੰ ਖੁਸ਼ੀ ਹੈ, ਮੈਂ ਸਾਰੀ ਮੈਡੀਕਲ ਟੀਮ, ਸਾਡੇ ਡਾਕਟਰਸ, ਪੈਰਾਮੈਡੀਕਲ ਸਟਾਫ ਸਾਰਿਆਂ ਨੂੰ ਇਸ ਗੱਲ ਦੀ ਬਹੁਤ ਬਹੁਤ ਵਧਾਈ ਦਿੰਦਾ।